फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੱਗੋਰਮਾਣਾ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੀਜੀ ਵੀਡੀਓ ਇਸ ਪਿੰਡ ਦੇ ਵਿੱਚੋਂ ਅੱਜ ਆਪਾਂ ਬਣਾਈ ਆ ਤੇ ਤੁਹਾਨੂੰ ਦਿਖਾ ਰਹੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਦਿਖਾਉਣੀਆਂ ਤਿੰਨ ਇਹ ਦੋ ਗਾਵਾਂ ਦੋਸਤੋ ਪਹਿਲੇ ਤੇ ਦੂਜੇ ਨੰਬਰ ਤੇ ਤੋਕੜ ਗੱਭਣ ਗਾਵਾਂ ਦੁੱਧ ਵੀ ਨਾਲ ਦੇ ਰਹੀਆਂ ਤੇ ਇੱਕ ਤਾਜ਼ੀ ਸੂਣ ਵਾਲੀ ਗਾਂ ਇਧਰ ਲਾਸਟ ਉੱਤੇ ਆ ਸੋ ਕੁੱਲ ਤਿੰਨ ਨਾਗ ਹੈ ਇਹਨਾਂ 'ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੂ ਖਰੀਦਣਾ ਤੁਸੀਂ ਇਹ ਨੰਬਰ ਮੈਂ ਸਕਰੀਨ 'ਤੇ ਲਾਊਂਗਾ ਡਿਟੇਲ ਸਾਰੀ ਦੱਸ ਦੂੰਗਾ ਸ਼ੁਰੂਆਤ ਦੇ ਵਿੱਚ ਹੀ ਬੇਨਤੀ ਕਰ ਦਿੰਦਾ ਵੀ ਇੱਕ ਤਾਂ ਜਿਹੜਾ ਦੁੱਧ ਹੈ ਉਹ ਤੁਸੀਂ ਚੋ ਕੇ ਦੇਖਣਾ ਹੈ ਇੱਥੇ ਆ ਕੇ ਥਣ ਪਾਸ ਤੁਸੀਂ ਕਰਨੇ ਆ ਅਤੇ ਗੱਭਣ ਦੀ ਇਹ ਵੀ ਬੇਨਤੀ ਰਹੂਗੀ ਵੀ ਆਪਦਾ ਡਾਕਟਰ ਵੀਰ ਨਾਲ ਲਿਆਇਓ ਚੈੱਕ ਤੁਸੀਂ ਕਰਵਾਉਣੀਆਂ ਚੈੱਕ ਕਰਵਾ ਕੇ ਲੈ ਕੇ ਜਾਇਓ ਸੋ ਆਓ ਵੀਰ ਤੋਂ ਜਾਣਕਾਰੀ ਲਈਏ ਅਤੇ ਇਹਨਾਂ ਬਾਰੇ ਡਿਟੇਲ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਆਪਣਾ ਜਗਸੀਰ ਸਿੰਘ ਆ ਬਾਈ ਠੀਕ ਹੈ ਜਗਸੀਰ ਬਾਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਆ ਤੇਰੇ ਮਗਰ ਖੜੀ ਹੈ ਇਹ ਦੂਜੇ ਸੂਏ ਵਹਿੜ ਆ ਬਾਈ ਦੂਜਾ ਸੂਆ ਸੋਹਣਾ ਅੱਗੇ ਨੇ ਦੱਸ ਬਾਈ ਦੂਜਾ ਸੂਆ ਸੋ ਗਿਆ ਹੁਣ ਬਾਈ ਕਿੰਨੇ ਚਿਰ ਦੀ ਗੱਭਣ ਹੋਈ ਇਹ ਬਾਈ 3 ਮਹੀਨੇ ਗੱਭਣਾ ਚੌਥਾ ਮਹੀਨਾ ਲੱਗ ਗਿਆ ਨੂੰ 3 ਮਹੀਨੇ ਦੀ ਚੈੱਕ ਪਾਸ ਹੋ ਗਈ ਆਪਣੀ ਹਾਂ ਬਾਈ ਹਾਂ ਦੁੱਧ ਹੁਣ ਕਿੰਨਾ ਕੁ ਦੇ ਰਿਹਾ ਦੁੱਧ ਬਾਈ 2.5 ਕਿਲੋ ਦਿੰਦੀ ਹੈ ਦਿਨ ਦਾ 2.5 ਕਿਲੋ ਹਾਂ ਟੋਕੜ ਲਿਆਏ ਸੀ ਆਪਾਂ ਇਹ ਹਾਂ ਟੋਕੜ ਦੇ ਜੀ ਬਾਈ ਠੀਕ ਹੈ ਗੱਭਣ ਆਪਾਂ ਕਰਾਈਏ ਹਾਂ ਗੱਭਣ ਆਪਾਂ ਕਰਾਈਏ ਰੇਟ ਇਹਦਾ ਕੀ ਰੱਖਿਆ ਬਾਈ ਰੇਟ ਬਾਈ ਆਪਾਂ 30000 ਰੁਪਏ ਰੇਟ ਰੱਖਿਆ ਤੋਰੀਆਂ ਨੂੰ ਦੋਸਤੋ 30000 ਡਿਮਾਂਡ ਹੈ ਵੱਡੇ ਢਾਂਚੇ ਦੀ ਹੈ ਰੰਗ ਤਾਂ ਤੁਹਾਡੇ ਸਾਹਮਣੇ ਹੈ ਦੋਸਤੋ ਕਾਫੀ ਮੰਗ ਰਹਿੰਦੀ ਹੈ ਜਦੋਂ ਤਿਆਰ ਹੁੰਦੀਆਂ ਇਹ ਗਾਵਾਂ 3 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਵੱਡੇ ਕੱਦ ਦੀ ਦੋਸਤੋ ਫਾਰਮ ਵਾਲੀ ਵਹਿੜ ਹੈ ਤੁਸੀਂ ਚੈੱਕ ਕਰਵਾ ਸਕਦੇ ਹੋ ਕਿਉਂਕਿ ਆਪਦਾ ਡਾਕਟਰ ਵੀਰ ਤੁਸੀਂ ਨਾਲ ਲਿਆ ਸਕਦੇ ਹੋ 3 ਮਹੀਨਿਆਂ ਦੀ ਗੱਭਣ ਚੌਥਾ ਲੱਗਾ ਹੋਇਆ 30000 ਰੇਟ ਹੈ ਦੁੱਧ 2.5 ਕਿਲੋ ਹੀ ਦਿੰਦੀ ਹੈ ਦੋਸਤੋ ਦੁੱਧ ਜਿਹੜਾ ਉਹ ਤੁਸੀਂ ਧਾਰਾ ਮਾਰ ਕੇ ਦੇਖ ਸਕਦੇ ਹੋ ਕਿਉਂਕਿ ਇੰਨਾ ਕੁ ਦੁੱਧ ਥਣ ਪਾਸ ਤੁਸੀਂ ਇਹਦੇ ਕਰ ਸਕਦੇ ਹੋ ਸਾਈਲੇਜ ਪਾਉਂਗੇ ਤਾਂ ਹੋ ਸਕਦਾ ਦੁੱਧ ਵਾਜੇ ਨਹੀਂ ਅਗਲੇ ਸੂਏ ਦੁੱਧ ਦੀ ਉਮੀਦ ਦੇ ਤੋਂ ਤੁਸੀਂ ਕਰ ਸਕਦੇ ਹੋ ਵੀ ਇਹ ਚੰਗਾ ਦੁੱਧ ਪਾਊ ਕਿਉਂਕਿ ਬਰੀਡ ਇਹਦੀ ਜਿਹੜੀ ਉਹ ਚੰਗੀ ਦਿਸਦੀ ਹੈ ਸਟਰਕਚਰ ਤੁਹਾਡੇ ਸਾਹਮਣੇ ਹੈ ਵੱਡੇ ਢਾਂਚੇ ਦੀ ਗਾਂ 30000 ਡਿਮਾਂਡ ਹੈ ਇੱਕ ਹੋਰ ਗਾਂ ਦੱਸੋ ਬਾਈ ਕੋਲ ਇਹ ਵੀ ਚੰਗੀ ਹੈ ਬਰੀਡ ਵਾਈਜ਼ ਵੀ ਚੰਗੀ ਲੱਗਦੀ ਹੈ ਜਗਸੀਰ ਇਹਨੇ ਕਿੰਨਾ ਸੂਆ ਸੋਨਾ ਬਾਈ ਇਹਨੇ ਬਾਈ ਤੀਜਾ ਸੋਨਾ ਤੀਜਾ ਇਹਨੇ ਸੋਨਾ ਹਾਂ ਠੀਕ ਹੈ ਅੱਛਾ ਇਹਦਾ ਦੁੱਧ ਹੁਣ ਕਿੰਨਾ ਇਹਦਾ ਬਾਈ 2.5-3 ਕਿਲੋ ਇਹ ਦਿੰਦੀ ਹੈ ਕਿੰਨੇ ਚਿਰ ਦੀ ਗੱਭਣ ਹੈ ਇਹ ਵੀ 3 ਮਹੀਨਿਆਂ ਦੀ ਹੈ ਬਈ ਚੌਥਾ ਮਹੀਨੇ ਨੂੰ ਲੱਗਾ ਚੈੱਕ ਪਾਸ ਹੋ ਗਿਆ ਹਾਂ ਚੈੱਕ ਪਾਸ ਆ ਬਈ ਇਹਦਾ ਰੇਟ ਕੀ ਰੱਖਿਆ ਇਹਦਾ ਵੀ 30000 ਰੁਪਏ ਰੇਟ ਤੋਰੀ ਨੂੰ ਦੱਸੋ ਬਰੀਡ ਇਹਦੀ ਵੀ ਚੰਗੀ ਹੈ ਪਰ ਦੂਜੀ ਨਾਲੋਂ ਥੋੜੀ ਜਿਹੀ ਵੱਖਰੀ ਕੁਆਲਿਟੀ ਦੀ ਹੈ ਉਹ ਦੂਜੇ ਸੂਏ ਵੈੜ ਤੇ ਇਹ ਤੀਜਾ ਸੂਆ ਦੁੱਧ ਇਸ ਟਾਈਮ ਇਹਦੇ ਥੱਲੇ ਵੀ 2.5-3 ਕਿਲੋ ਹੀ ਹੈ ਪਰ ਗੱਭਣ ਇਹ ਵੀ 3 ਮਹੀਨਿਆਂ ਦੀ ਚੈੱਕ ਪਾਸ ਆ ਤੁਸੀਂ ਇਹਨੂੰ ਵੀ ਗੱਭਣ ਚੈੱਕ ਕਰਵਾ ਸਕਦੇ ਹੋ ਥਣ ਪਾਸ ਕਰਕੇ ਲਿਜਾ ਸਕਦੇ ਹੋ ਰੇਟ ਇਹਦਾ ਵੀ 30000 ਆ ਜੋੜੇ ਦਾ ਰੇਟ 60000 ਰੁਪਈਆ ਦੋ ਤੋਕੜ ਗੱਭਣ ਗਾਵਾਂ ਤੁਹਾਨੂੰ ਦਿਖਾਈਆਂ ਥਣ ਚੰਗੇ ਆ ਇਹਦੇ ਦੱਸੋ ਸੋਹਣੇ ਥਣ ਹੈ ਢਾਂਚਾ ਜਿਹੜਾ ਉਹ ਤੁਹਾਡੇ ਸਾਹਮਣੇ ਜਿੱਦਾਂ ਦਾ ਹੈਗਾ 30-30000 ਦੋ ਤੋਕੜ ਗੱਭਣ ਗਾਵਾਂ ਦਾ ਰੇਟ ਵੀਰ ਨੇ ਕੀਤਾ ਵੱਛੀਆਂ ਜਿਹੜੀਆਂ ਲੈ ਕੇ ਪਾਲਣਾ ਚਾਹੁੰਦੇ ਆ ਉਹਨਾਂ ਲਈ ਇਹ ਵਧੀਆ ਮੌਕਾ ਹੈਗਾ ਵੀ ਤੁਸੀਂ ਤੋਕੜ ਗੱਭਣ ਗਾਵਾਂ ਵੀ ਪਾਲ ਸਕਦੇ ਹੋ ਇਹਦੋਂ ਅੱਗੇ ਇੱਕ ਸੋਣ ਦੇ ਨੇੜ ਆ ਗਾਂ ਜਗਸੀਰ ਕਹਿਣਾ ਸੂਆ ਸੂਗੀ ਇਹ ਨਹੀਂ ਬਈ ਦੂਜਾ ਸੂਆ ਸੂਣਾ ਕਿੰਨੇ ਦਿਨ ਲੈ ਜੂਗੀ ਇਹ ਬਈ 10-15 ਦਿਨ ਲੈ ਜੂਗੀ 10-15 ਦਿਨ ਲੈ ਜੂ ਇਹਦਾ ਰੇਟ ਕੀ ਰੱਖਿਆ ਇਹਦਾ ਬਈ 60000 ਰੁਪਏ ਰੇਟ ਹੈ ਤੋਰੀ ਇਹਨੂੰ ਵੀ ਦੋਸਤੋ ਸੂਆ ਦੂਜਾ 60000 ਰੇਟ ਹੈ ਇਹਦਾ ਹਜੇ 10-15 ਦਿਨ ਲੈਂਦੀ ਹੈ ਹਵਾਨਾ ਜੋਸ਼ ਵਾਲਾ ਹੋਊਗਾ ਪੱਟਾਂ ਦੇ ਸੰਨ ਵਾਲੇ ਸੂਆ ਦੂਜਾ ਵੱਡੇ ਢਾਂਚੇ ਦੀ ਹੈ ਇਹ ਵੀ ਬਿਲਕੁਲ ਉੱਤੋਂ ਪੱਧਰ ਦਿਸਦੀ ਹੈ ਹਵਾਨਾ ਗਾਂ ਨੂੰ ਵੀ ਚੰਗਾ ਹੈ ਅਤੇ ਪਿੱਛੋਂ ਹਵਾਨਾ ਜਿਹੜਾ ਉਹ ਲੱਤਾਂ ਦੇ ਸੰਨ 'ਚ ਹੀ ਰੱਖੂਗੀ ਦੇਖ ਸਕਦੇ ਹੋ ਇਹਦਾ ਸਟਰਕਚਰ ਇਹਦਾ ਸੂਆ ਦੋਸਤੋ ਦੂਜਾ ਹੈ 60000 ਡਿਮਾਂਡ ਹੈ ਪਸੰਦ ਜਿਹਨੂੰ ਹੋਵੇ ਕਾਲ ਉਹਨੇ ਕਰਨੀ ਹੈ ਸਟਰਕਚਰ ਤੁਹਾਡੇ ਸਾਹਮਣੇ ਦੋਸਤੋ ਇਹਦਾ ਵੀ ਚੰਗੇ ਵਜਨ ਵਾਲੀ ਗਾਂ ਸਾਫ ਸੁਥਰੀ ਹੈ ਸੋਹਣੇ ਥਣ ਹਵਾਨਾ ਤੁਹਾਨੂੰ ਜਦੋਂ ਰੁਕੂਗੀ ਉਦੋਂ ਵੀ ਦਿਖਾ ਦੂੰ ਢਿੱਲ ਹਵਾਨੇ 'ਚ ਕਾਫੀ ਹੈ ਹਜੇ 10-15 ਦਿਨ ਹਜੇ ਇਹ ਲੈਂਦੀ ਹੈ ਸੋ ਇਹ ਵੀ ਗਾਂ ਇਹ ਦੋਸਤੋ ਸੱਜਰ ਹੈ ਅਤੇ ਦੋ ਤੁਹਾਨੂੰ ਤੋਕੜ ਗੱਭਣ ਦਿਖਾਤੀਆਂ ਤਿੰਨ ਨਾਗ ਵੀਰ ਨੇ ਵਿਕਾਊ ਕੀਤੇ ਗਾਵਾਂ ਕਾਫੀ ਸਾਰੀਆਂ ਬਾਈ ਕੋਲ ਘਰੇ ਰੱਖੀਆਂ ਹੋਈਆਂ ਜਿਨ੍ਹਾਂ 'ਚੋਂ ਇਹ ਗਾਂ ਵੀਰ ਵੇਚ ਰਿਹਾ ਹਵਾਨਾ ਦੇਖ ਲਓ ਦੋਸਤੋ ਥਣਾਂ 'ਚ ਬਿੱਥੀ ਚੰਗੀ ਹੈ ਪਰ ਇਹ ਕੱਟ ਵਾਲਾ ਹਵਾਨਾ ਉਹਦੇ ਕਰਕੇ ਪਿਛਲੇ ਥਣ ਆਪਸ ਵਿੱਚ ਨੇੜੇ ਲੱਗਦੇ ਆ ਬਸ ਠੀਕ ਹੈ ਵੀਰੇ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਤਿੰਨ ਨਾਗ ਸੀਗੇ ਵੀਰ ਕੋਲ ਵਿਕਰੀ ਵਾਲੇ ਦੋ ਤੋਕੜ ਗੱਭਣ ਇੱਕ ਤਾਜ਼ੀ ਸੂਣ ਵਾਲੀ ਪਸ਼ੂ ਆਪਦੀ ਤਸੱਲੀ ਨਾਲ ਖਰੀਦਣਾ ਨੰਬਰ ਸਕਰੀਨ 'ਤੇ ਆ ਮਿਹਰਬਾਨੀ